ਤੁਹਾਡੀ ਮੁਹੱਬਤ ਵੇਖ ਕੇ ਗੁਰੂ ਭਾਈ ਹੋਰ ਪੜਦਾ ਯਾਰੀ ਤੇਰਾ ਹਸੀ ਨਾਮ ਭਲਾ ਲੱਗਦਾ ਹੈ, ਯਾਰੀ ਤੇਰਾ ਹਸੀ ਨਾਮ ਭਲਾ ਲੱਗਦਾ ਹੈ, ਔਰ ਤੇਰੀ ਨਿਸਬਤ ਸੇ ਯੇ ਇਸਲਾਮ ਭਲਾ ਲੱਗਦਾ ਹੈ। ਲੋਕ ਕਹਤੇ ਹੈ ਤੇਰੇ ਇਸ਼ਕ ਮੇ ਕਾਫਿਰ ਮੁਝ ਕੋ, ਔਰ ਮੇਰੇ ਦਿਲ ਕੋ ਯੇ ਨਿਜ਼ਾਮ ਭਲਾ ਲੱਗਦਾ ਹੈ। ਬਸ ਮੇਰਾ ਫਜ਼ਾਇਲ ਇਤਨਾ ਕਾਫੀ। ਕੈਨਾਤ ਕੋ ਤਜ਼ੀਬ ਸਿਖਾਵਣ ਵਾਲੇ ਖਾਨਦਾਨ ਦੀ ਕਹਾਣੀ ਹੈ, ਸ਼ਰੀਫਾਂ ਦੀ ਦੁੱਖ ਭਰੀ ਕਹਾਣੀ ਹੈ। ਇਹ ਜ਼ਿਕਰ ਕੋਈ ਮਜਲਿਸ ਕਹਿੰਦੇ ਮੁੱਕਦੀ ਨਹੀਂ, ਨਾ ਮਜਮੇ ਦਾ ਮੁਹਤਾਜ ਹੈ। ਅਗਰ ਮਜਲਿਸ ਕਹਿ ਜ਼ਾਕਿਰ ਤੇ ਮੁੱਕ ਵੰਡਿਆ, ਤਾਂ ਜਨਾਬੇ ਸਜਾਦ ਤੋਂ ਵੱਡਾ ਜ਼ਾਕਿਰ ਕੋਈ ਨਹੀਂ। ਕੋਸ਼ਿਸ਼ ਕਰੇ ਸਾਈਜ਼ਤ ਆਰਾਮ ਨਾਲ ਸੁਣਾ ਵਾਂ, ਤੁਹਾਡੇ ਕੋਲ ਦਵਾ ਲਵਾਂ, ਇੱਕ ਸਲਵਾਤ ਪੜ੍ਹੋ, ਮੈਂ ਜ਼ਿਕਰੇ ਪਾਕ ਸ਼ੁਰੂ ਕਰ। ਆਊਜ਼ ਬਿੱਲਾਹ ਸਮੀਏ ਲਲੀਮ ਮਿਨੇ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ, ਸਲਵਾਤ ਅਲਹਮਦੁਲਿਲਾਹਿ ਰੱਬਿਲ ਆਲਮੀਨ, ਅਸਲਾਤੁ ਵਸਲਾਮ ਅਲਾ ਅਸ਼ਰਫਿਲ ਅੰਬਿਯਾਇ ਵਲ ਮੁਰਸਲੀਨ, ਸਲਵਾਤ ਵਾਲਾ ਵਕੀਹਿ ਵਜ਼ੀਰਿਹਿ ਖਲੀਫਤਿਹਿ ਵਬਨੋ ਅਮੀ ਅਮੀਰ ਮੋਮਿਨੀਨ, ਸਲਵਾਤ ਵਾਲਾ ਸੈਯਦਤਿਲ ਜਲੀਲਤਿਲ ਮਖਦੂਮਤਿਲ ਮੁਕੱਦਸਾ ਤੈਰਤਿਲ ਮੁਤਹਿਰਾ ਆਲਮਤਿਲ ਆਮਿਲਾ ਸਦੀਕਤਿਲ ਕੁਬਰਾ ਅਲਮਦ ਫੋਨ ਤੇ ਸਿਰਾਂ ਦਫਨ ਹੋਈ ਢਲੀ ਹੋਈ ਰਾਤ ਆਈ ਸਦਕੇ ਸਦਕੇ ਅਜ਼ਾਦਾਰੋਂ ਬਾਬੇ ਦਸ਼ਹਿਰਾ ਵਕ ਦੇ ਤਰਾਈ ਮਾਂ ਮੇਰੀ ਸੈਣ ਦੇ ਜਨਾਜ਼ੇ ਨਾਲ ਜਿਹੜੀ ਯੋਗਿਆਂ ਦੀ ਆਰੀ ਮੇਰਾ ਜਨਾਜ਼ਾ ਰਾਤੀ ਚਾਵੇ ਮੈਂ ਡਰੀ ਹੋਈ ਯਾਰੀ ਮਿੰਨਤ ਨਾਵੇ ਹਰ ਰਾਤ ਮੇਰਾ ਹੁਸੈਨ ਮੇਰੀ ਕਬਰ ਤੇ ਗਿਣਨਾ ਫਰਮੰਦਨ ਹੈ ਬਦੂਲ ਸਿਰਫ ਕਬਰ ਤੇ ਲਾਇਆ ਬਣਾਏ ਆਦਿ ਨਹੀਂ ਆਰੀ ਕਬਰ ਦੇ ਸਜੇ ਪਾਸ ਸਮਾਂ ਹਸਨ ਅਮੀਰ ਹੁਸੈਨ ਗਰੀਬ ਹੁਸੈਨ ਦੇ ਬਗੈਰ ਮੇਰੀ ਨਹੀਂ ਛੱਟੀ ਬਾਲ ਰਾਜਾ ਮੈਂ ਜੁਮਰੇ ਦੁਰਾਇਨ ਇੱਕ ਮੂਮਿਨ ਅਜ਼ਾਦਾ ਰੋਟੀ ਖੜਾ ਮੈਨੂੰ ਆਦਾ ਕੈਸਰ ਬਾਸ ਦੋਵੇਂ ਅਲੀ ਦੇ ਪੁੱਤਰ ਹਸਨ ਅਮੀਰ ਕਿਉਂ ਹੈ ਹੁਸੈਨ ਗਰੀਬ ਕਿਉਂ ਹੈ ਮੈਂ ਕਮੋ ਮਿਨਾ ਤੇ ਸੋਹਣਾ ਸਵਾਰ ਕੀਤਾ ਹੁਸੈਨ ਪਹਿਲੇ ਗਰੀਬ ਕੋਈ ਨਹੀਂ ਇਹ ਜੋ ਛਤਰੀ ਮੁਲਕਾਂ ਦੇ ਲੋਕ ਲੁੱਟੇ ਤੇ ਰਹੇ ਹੁਸੈਨ ਗਰੀਬ ਆਈ ਇਹ ਜੋ 5000 ਬੰਦਾ 5 ਮਹੀਨੇ ਤੇ ਡਾਰੀ ਹੁਸੈਨ ਨਾਲ ਲੈ ਰਹੀ ਆਈ ਹੁਸੈਨ ਗਰੀਬ ਆਈ ਮੈਂ ਕਮੋ ਮਿਨਾ ਫਿਰਾ ਕਮਰ ਦਾ ਜ਼ੋਰ ਦਿਨ ਹੁਸੈਨ ਉਸੇ ਦੇ ਗਰੀਬ ਆਏ ਤੇ ਡਾਂਗਾ ਸਦਕੇ ਸਦਕੇ ਯਾਰੀ ਮਿੰਨਤ ਲਾਵੇ ਮੇਰੇ ਬਾਦ ਦੀ ਕੂੰ ਘਰ ਥੋੜਾ ਵੇ ਫਰਮਾਨ ਮੁਹੰਮਦ ਦੀ ਧੀ ਦੀ ਕਿ ਵਜਾਇਆ ਦੀ ਯਾਰੀ ਤੁਸਾਂ ਦੇ ਹੋ ਮੈਂ ਹੁੰਦੀ ਹਾਂ ਮੇਰੀ ਕਣ ਦੋ ਲੱਖ ਰੁਪਾ ਦੀ
ਯਾਰੀ ਤੂੰ ਸਾਹਮਣਾ ਹੈ ਮੈਂ ਹੋਣਾ ਕੋਈ ਨਹੀਂ ਮੇਰੀ ਧੀ ਨੂੰ ਸ਼ਰਮ ਬਹੁਆ ਦੀ ਗੈਰਤਮੰਦ ਫਿਰ ਸੁਣ ਲਿਓ ਤੁਹਾਡੇ ਤੇ ਸਵਾਲ ਕਰਦਾ ਬੋਲ ਕੇ ਜਵਾਬ ਦਿਓ ਜਿਹੜੀ ਵਸਦੇ ਦੌੜ ਚ 5 ਸਾਲ ਦੀ ਆਪਣੀ ਪਾਕ ਵੇਲੀਏ ਚਲੀ ਜਾ ਬਾਬੇ ਦੇ ਸਾਹਮਣੇ ਨਹੀਂ ਆਉਂਦੀ ਅਲੱਗ ਵਾਰ ਵਾਲਾ ਦੇ ਰਾਦਾ ਰਹੂਗਾ ਬੀਬੀ ਆਈ ਬਾਜ਼ਾਰ ਦਾ ਮਹੌਲਾ ਸਦਕੇ 9000 ਬਦਮਾਸ਼ਾਰ ਦਾ ਕੋਈ ਨਾ ਪਰ ਜਾਈਆ ਨਾ ਲੈ ਵਲ ਮਨਜ਼ੂਬਾ ਤੇ ਜਹਰਾਨ ਜੱਡਣ ਗੁੱਠੀਏ ਤਰਾਏ ਬੇਣੀ ਕੈਦ ਨਿਭਾ ਕੇ ਬਹੁ ਔਖੀਆਂ ਲੱਥੀਆਂ ਮਾਮਲਾ ਤੂੰ ਅਕਬਰ ਦੇ ਸ਼ਹਿਰ ਚ ਸੁਣ ਰੋ ਪਿਓ ਸਮਝਾ ਕੇ ਬੰਦ ਬਣਨਾ ਚਾਹਨਾ ਹੁਸੈਨ ਦਾ ਗਿਰਾਂ ਜੋੜੀ ਜਾ ਕੇ ਦੁਆ ਪਿਆ ਮੰਗਦਾ ਮੰਗੀ ਕਰ ਦੁਆ ਸ਼ਾਲਾ ਕੈ ਭੇੜ ਦਾ ਫਿਰਾ ਬੇ ਮੌਸਮ ਦਾ ਮਰ ਮੇਰਾ ਮਰ ਪੌਂਦਰਾਂ ਦੇ ਨਾਲ ਦੀ ਤਕਦੀਰ ਦੇ ਫੈਸਲੇ ਨੇ ਚਾਹ ਦੀ ਢੀ ਤੇ ਫੇਣ ਸਾਵਰ ਘਰ ਨਹੀਂ ਹੋਏ ਰਿਸ਼ਤੇਦਾਰ ਦਿਨ ਘਰ ਵੱਲ ਵੱਲ ਜਾਂਦੀ ਏ ਕਿਵੇਂ ਮੰਨਿਆ ਜੇ ਮੇਰੇ ਫਿਰਾ ਤਾਂ ਚੇਲਾ ਮੈਂ ਨਹੀਂ ਮੁੱਕਾ ਰੋਣ ਵਾਲੇ ਅਜ਼ਾਦਾ ਰੋ ਚੇਲਾ ਮੋਦਨ ਚਾਰ ਨਹੀਂ ਦੇ ਅੰਦਰ ਤੇ ਮੈਂ ਪਿਆਦਾ ਸਾਲ ਦੇ ਬਾਅਦ ਆਈਆਂ ਚੇਲਾ ਵੱਕਰੇ ਮਾਮਲਾ ਤੂੰ ਅਕਬਰ ਦੇ ਸ਼ਹਿਰ ਚ ਰਾਜਾਂ ਦੀਆਂ ਕਬਾਰ ਅਬਾਸ ਉੱਤੇ ਤੇ ਕੁੱਲ ਸ਼ਾਮ ਦੇ ਹਾਲ ਸੁਣਾ ਕੇ ਆਂਦੀ ਬੈਠੀ ਹੈ ਜੈ ਦਮਾਸ਼ਕੀਆਂ ਇੱਥੇ ਦਫਨ ਗਈਏ ਉਹ ਮਹਿਲਾ ਚੋਲਾ ਸੋਹਣ ਰੋ ਪਿਓ ਵਾਹ 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 ਜਿੰਦ ਤੇ ਮਾਣ ਆਸੀ ਦਸਾਵਾ ਵੱਧ ਪੜਦੇ ਨਾ ਆਈਆਂ ਜੇਲਾ ਮੱਕਰੇ ਫਿਰਾਵਾਂ ਦਾ ਤਰਾਏ ਭੇਣੀ ਕੈਦ ਨਿਭਾ ਕੇ ਬਹੁ ਔਖੀਆਂ ਲੱਥੀਆਂ ਮਾਮਲਾ ਤੂੰ ਅਕਬਰ ਦੇ ਇਸ਼ਾਰੇ ਚ ਆਦਾ ਪਿਆ ਰਾਜਾ ਰੁਨੀਆ ਨੂੰ ਕਬਾਰ ਅਦਾਸ਼ ਦੇ ਕੁਲ ਸ਼ਾਮ ਦੇ ਹਾਲ ਸੁਣਾ ਕੇ ਆਂਦੀ ਬੈਠੀ ਹੈ ਜੇ ਦਮਾਸ਼ਕੀ ਹੈ ਧੀਏ ਦਫਨ ਗਈ ਹੈ ਉਹ ਮੈਲਾ ਚੋਲਾ ਲੱਖ ਦਫਾ ਖਾਂ ਲੱਖ ਦਫਾ ਖਾਂ ਥੱਕਣ ਨਜ਼ਾ ਕਰਨਾ ਹਾਂ ਆਇਆ ਅਕਬਰ ਦੀ ਜਾਗੀਰ ਦੇ ਵਿੱਚ ਠੀਕ ਸਜਾਦ ਰਿਹਾ ਏ ਉੱਠੀ ਵੇਖ ਮੈਂ ਜੀਂਦੀ ਏ ਗਿਣ ਆਇਆ ਤੇਰੇ ਫਾਲਣ ਵਾਲੀ ਆਦਾ ਪਿਆ ਕਮਜ਼ੋਰ ਫਿਰਾਏ ਸੁਣ ਰੋ ਪਿਓ ਤੇ ਇੱਕ ਬੰਦ ਹੋਰ ਪੜ ਦੇਵਾ ਆਈਏ ਪੇਕੇ ਕਬਰਿਸਤਾਨ ਦੇ ਵਿੱਚ ਮਾਂ ਆਉਂਦੀ ਸਾਲ ਤੋਂ ਬਾਅਦ ਸਾਨਿਕ ਨਾਲੇ ਪਹਿਲਾ ਕਬਰਿਸਤਾਨ ਹੈ ਜਿਹੜਾ ਹਿੱਕੇ ਦਈਆਂ ਚ ਬੋਰ ਹੋ ਗਿਆ ਜਿਹੜੇ ਲਫ਼ਜ਼ਾਂ ਦੀ ਕਦਰ ਜਾਣਦੇ ਮੈਂ ਤਾਂ ਪੜ੍ਹਨਾ ਜਾਣਦਾ ਆਈ
ਪੀਏ ਪੇ ਕੇ ਕਬਾਰਿਸਤਾਨ ਦੇ ਵਿੱਚ ਮਾਂ ਆਉਂਦੀ ਸਾਲ ਤੋਂ ਬਾਅਦ ਰਹੀਏ ਪੋਸੇ ਦੇ ਦੀ ਕਬਰਾਂ ਦੇ ਕਿਹੜੇ ਠੀ ਗਏ ਹੱਥ ਆ ਸਜਾਦ ਤੇ ਬਾਗਰ ਕੋ ਤੇਰੀ ਬਚ ਗਈ ਏ ਪਾਕ ਸੋਹਣੇ ਰੋ ਪਏ ਹੋ ਸੋਹਣੇ ਇਸਤਕਬਾਲ ਕੀਤਾ ਨੇ ਅਠਾਵੀ ਰਜਬ ਸਨ ਸੱਠ ਹਿਜਰੀ ਲੋਕਾਂ ਮਜ਼ਲੂਮ ਹੁਸੈਨ ਤੋਂ ਵਤਨ ਛੁੜਾਇਆ ਫਿਰ ਸੁਣੋ ਅਠਾਵੀ ਰਜਬ ਸੱਠ ਹਿਜਰੀ ਲੋਕਾਂ ਮਜ਼ਲੂਮ ਹੁਸੈਨ ਤੋਂ ਸ਼ਾਹ ਨਿਕਲਣ ਵਾਲੇ ਵਤਨ ਛੁੜਾਇਆ ਇਕਾਇਠ ਹਿਜਰੀ ਤੀਸਰਾ ਮਹੀਨਾ ਰਬੀਉਲ ਅਵਲ ਦਾ ਜਿਨ੍ਹਾਂ ਕੋਲ ਵਤਨ ਛੁੜਾਇਆ ਨੇ ਇਕਾਇਠ ਹਿਜਰੀ ਦਾ ਮੁਹਰਮ ਉਹਨਾਂ ਕੋਲ ਪਹਿਲੇ ਗੁੱਠਾ ਨੇ ਮੈਂ ਆਖਿਆ ਗੁੱਠਾ ਨੇ ਕੁਝ ਲੋਕ ਚੁੱਪ ਬੈਠੇ ਨੇ ਗੁੱਠਾ ਨੇ ਪੀਂਘਿਆ ਲੈ ਤੱਕ ਵੱਤ ਲੁੱਟਾ ਨੇ ਲੁੱਟਾਈ ਜੀ ਨੇ ਜੋ ਚਾਰ ਚਾਰ ਸਾਲ ਦੀਆਂ ਸਹੀ ਆਜ਼ਾਦੀਆਂ ਦੇ ਦੁਰ ਲਹਾਲ ਜਿਹੜੇ ਬਚ ਗਿਆ ਉਹਨਾਂ ਕੋ ਜ਼ੇਵਰ ਪਵਾਏ ਨੇ ਬੈਠ ਜਰੀ ਚਾਰ ਸਫ਼ਰ ਜ਼ੇਵਰ ਲੱਥੇ ਡੂਡੀ ਆਪਣੀ ਮਰਜ਼ੀ ਨਾਲ ਸ਼ਾਮ ਰਹੀ ਬਾਦਸ਼ਾਹ ਪੁੱਛਿਆ ਫੁੱਫੀ ਅੰਮਾ ਹੁਣ ਸ਼ਾਮ ਰਾਣ ਦਾ ਮਕਸਦ ਬੀਬੀ ਆਂਦੀ ਹੈ ਮੈਂ ਬਿਰਾਵਾਂ ਕੋਲ ਰਲ ਕੇ ਰੋਨੇ ਕੋਈ ਨਾ ਮੈਂ ਰੋਸਾ ਵੈਣ ਕਰੇ ਸਾਂ ਦੀਵਾਰ ਹਲਸੇ ਨੂੰ ਪੱਕ ਹੋਵੇ ਸੀ ਲੋਕ ਕੋ ਬਾਗੀ ਦੀ ਨਹੀਂ ਨਮਾਜ਼ੀ ਦੀ ਬੇੜ ਵਾਹ ਵਾਹ ਛੇ ਜਾਂ ਸੱਤ ਸਫ਼ਰ ਸ਼ਾਮ ਚ ਟੁਰ ਪਈ ਮਸੂਮਾਂ ਦੀ ਕਬਰ ਦਾ ਸਲਾਮ ਕਰਕੇ ਬੀਬੀ ਟੁਰ ਪਈ ਪਾਸੇ ਕਰਬਲਾ ਦੇ ਬਿਰਾ ਦੇ ਚਿਹਨਮ ਦੀ ਕਰ ਤੁਸੀਂ ਸਿਆਣੇ ਲੋਕ ਮੇਰੇ ਸਾਹਮਣੇ ਤਸ਼ਰੀਫ਼ ਰੱਖਦੇ ਹੋ ਚਿਹਨਮ ਹੁੰਦੇ ਨੂੰ ਚਾਲੀ ਨਹੀਂ ਦੇ ਅੰਦਰ ਵਲਦੀ ਪਈ ਹੈ ਸਾਲ ਬਾਅਦ ਤੁਸੀਂ ਆਖ ਸਕਦੇ ਹੋ ਸਾਲ ਬਾਅਦ ਚੇਲਮ ਨਹੀਂ ਹੁੰਦੇ ਬਰਸੀ ਆਉਂਦੀਆਂ ਇਹ ਸਾਲੇ ਸਵਾਬ ਦੀ ਮਜਲਿਸ ਹੈ ਬਰਸੀ ਦੀ ਮਜਲਿਸ ਹੈ ਸਾਲ ਬਾਅਦ ਆਉਂਦੀ ਪਈ ਹੈ ਆਖ ਸਕਦੇ ਹੋ ਸਾਲ ਬਾਅਦ ਚੇਲਮ ਨਹੀਂ ਹੁੰਦੇ ਬਰਸੀ ਆਉਂਦੀਆਂ ਹੁਸੈਨ ਦਾ ਜ਼ਾਕਰਾ ਢੋਲੀ ਚਾ ਕੇ ਦੁਆ ਪਿਆ ਮੰਗਦਾ ਸ਼ਾਲਾ ਕਹੇ ਭੇਣ ਦਾ ਇੱਕ ਬਿਰਾ ਨਾ ਮਰੇ ਬਿਰਾ ਮਰ ਪਵੇ ਮੈਂ ਪਹਿਲੇ ਆਖਿਆ ਉਹ ਚੇਲਮ ਤੋਂ ਪਹਿਲੇ ਸਾਵਰੇ ਘਰ ਨਹੀਂ ਬਹਿੰਦੀ ਸ਼ਾਹ ਨਿਕਲਣ ਵਾਲੇ ਅਜੀਬ ਕਿਸਮਤ ਹੁਸੈਨ ਦੀ ਬੇਨਤੀ ਬਿਰਾ ਨਾ ਪੁੱਛੇ ਤੇ ਸਾਡੇ ਤਰ੍ਹਾਂ ਘੰਟਾ ਦੇ ਵਿੱਚ ਨਾ ਪਹਿਲਾ ਚੇਲਾ ਮਾਈ ਭੇਣ ਦੀ ਸਤਵੀਂ ਪੇਸ਼ੀ ਆਈ ਵਾਹ 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 ਥੋੜਾ ਮਿਜ਼ਾਜ ਮਿਲਾ ਮੈਂ ਦੱਬੜ ਨਾ ਜਾਣਦਾ ਤੇਰੀ ਮਰਜ਼ੀ ਤੂੰ ਜਿਵੇਂ ਸੁਣ ਜਦੋਂ ਪਹਿਲਾ ਚੇਲਾ ਮਾਈ ਭੇਣ ਦੀ ਸਤਵੀਂ ਪੇਸ਼ੀ ਆਈ ਉੱਨੀ ਸਫ਼ਰ ਬੈਠ ਜਰੀ ਢੱਲੀ ਹੋਈ ਦੀ ਗਿਰ ਅਕਬਰ ਦੀ ਜਾਗੀਰ ਦਾ ਬੰਨਾ ਹੈ ਨਵੇਂ ਸਾਲ ਉਮਰਿਸ ਸੋਟੀਆਂ ਤੇ ਤੁਰਦਾ ਹੈ ਅੱਖੀ ਚੋਂ ਥੋੜਾ ਦਿਸਦਸ ਹਦੀਸ ਕੀ ਸਾਦਰ ਆਵੇ ਹੈ ਰਿਸਾਲਾ ਤੇ ਮਾਬ ਦਾ ਮੌਤ ਬਰ ਸਾਹਿਬ ਹੈ ਨਾ ਜਨਾਬੇ ਜਾਬਿਰਿਸ ਇਜਾਜ਼ ਏ ਹਾਸਿਲਿਸ ਜੋ ਕਬਰੇ ਹੁਸੈਨ ਦਾ ਪਹਿਲਾ ਮੁਜਾਵਰ ਹੈ ਮੈਂ ਕਿਹਾ ਕਬਰੇ ਹੁਸੈਨ ਦਾ ਮੁਜਾਵਰ ਹੈ ਥੋੜਾ ਇਜਾਜ਼ ਨਹੀਂ ਕਿਸੇ ਬਾਰਗਾਹ ਦਾ ਕੋਈ ਮੁਜਾਵਰ ਹੋਵੇ ਨਾ ਉੱਥੇ ਬੌਖਰ ਦਿੰਦਾ ਹੋਵੇ ਹਕੀਰ ਤੋਂ ਹਕੀਰ ਕੌਮ ਨਾਲ ਤਲਕ ਰੱਖ ਦੋ ਅਗਰ ਪੇਸ਼ੀਆਂ ਨਾ ਭੁਗਤਣਾ ਤਾਂ ਦੀਨ ਨਹੀਂ ਬਚਦਾ ਹਦੀਸ ਕਿਸਾ ਦਾ ਰਾਵੀਏ ਰਿਸਾਲਾ ਦਿਮਾਗ ਦਾ ਮੌਤ ਬਾਰ ਸਾਹਬੀਏ ਨਾ ਜਨਾਬੇ ਜਾਬਰਿਸ ਇਜਾਜ਼ ਏ ਹਾਸਿਲਿਸ ਜੋ ਕਬਰੇ ਹੁਸੈਨ ਦਾ ਪਹਿਲਾ ਮੁਜਾਵਰ ਏ ਕਿਸੇ ਬਾਰਗਾਹ ਦਾ ਕੋਈ ਮੁਜਾਵਰ ਹੋਵੇ ਉੱਥੇ ਬੌਖਰ ਦਿੰਦਾ ਹੋਵੇ ਹਕੀਰ ਤੋਂ ਹਕੀਰ ਕੌਮ ਨਾਲ ਤਲਕ ਰੱਖਦਾ ਹੋਵੇ ਇਲਾਕੇ ਦੇ ਸੈਯਦ ਸਰਦਾਰ ਉੱਠੀ ਕੇ ਸਲਾਮ ਕਰ ਸਿੰਘ ਹੁਸੈਨ ਦੇ ਬਾਰਗਾਹ ਦਾ ਮੁਜਾਵਰ ਏ ਤੇ ਮੈਂ ਆਦਾ ਖੜਾਂ ਕਬਰੇ ਹੁਸੈਨ ਦਾ ਮੁਜਾਵਰ ਏ ਇਹ ਥੋੜਾ ਇਜਾਜ਼ ਨਹੀਂ ਉਨੀ ਸਫ਼ਰ ਬੈਠ ਜਰੀ ਢੱਲੀ ਹੋਈ ਜੀ ਗਿਰ ਕਰਬਲਾ ਏ ਨੌਕਰ ਨਾਲ ਇਸ
ਦਰਿਆ ਤੇ ਗੁਸਲ ਕੀਤਾ ਸੀ, ਕੱਪੜੇ ਬਦਲੇ ਨੇ, ਨੌਕਰ ਸਾਹਮਣੇ ਨਲੈਣ ਰੱਖੀਏ, ਜਿਹਨੂੰ ਨਲੈਣ ਦੀ ਸਮਝ ਨਾ ਆਈ ਹੋਵੇ ਨੌਕਰ ਸਾਹਮਣੇ ਜੁੱਤੀ ਰੱਖੀ। ਜਨਾਬ ਜਾਬਰ ਜੁੱਤ ਰਿੱਠਾ ਹੈ ਤੇ ਰਾਜ ਰੋਨਾ ਹੈ, ਵੱਤ ਨੌਕਰ ਦੇ ਪਾਸੇ ਵੇਖ ਕੇ ਤਾਂ ਚਾਲ ਹੈ, ਜੇ ਤੇਈ ਪਾਵਣੀਆਂ ਹੀ ਪਾ ਲਈ ਹੈ ਮੈਂ ਜੁੱਤੀ ਨਾ ਪੈਂਦਾ। ਨੌਕਰ ਦਾ ਜ਼ਈਫ ਉਮਰੇ ਬਿਨਾਈ ਕਮਜ਼ੋਰੀ ਸੰਗਰੇਜ਼ਾਂ ਦੀ ਧਰਤੀ ਹੈ, ਬਗੈਰ ਸਾਰੇ ਦੇ ਫਿਰਨੇ ਸੰਗਦਾ ਜੁੱਤੀ ਕਿਉਂ ਨਹੀਂ ਪੈਂਦਾ। ਨੌਕਰ ਦੇ ਪਾਸੇ ਦੇਖ ਕੇ ਆਦਾ ਵੱਤ ਵੱਤ ਜੋ ਆਦਾ ਜੁੱਤੀ ਪਾ ਤੈ ਨਹੀਂ ਸੁਣਾ, ਇੱਥੇ ਹੀ ਮਜ਼ਲੂਮ ਦੀ ਲਾਸ਼ ਤੇ ਘੋੜੇ ਵਜਾਏ। ਵਾਹ 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 ਵਾਹ, ਘੋੜੇ ਵਜਾਏ ਨੇ ਬਾਵੀ ਮੁਰੱਬਾ ਮੀਲ ਚ, ਕਰਬਲਾ ਬਾਵੀ ਮੁਰੱਬਾ ਮੀਲ ਖਾਕ ਸ਼ਿਫਾਏ ਬਵਜਾਂ ਖੂਨੇ ਹੁਸੈਨ, ਮੈਂ ਜੁੱਤੀ ਪਾਵਾਂ ਬੇਅਦ ਵੀ ਉਸੀ, ਮੈਨੂੰ ਕਿਹੜਾ ਪਤਾ ਜੋ ਰਸੂਲ ਦੇ ਪੁੱਤਰ ਦਾ ਖੂਨ ਕਿਹੜੀ ਛੱਤ। ਮੇਰੇ ਹੱਥ ਜਨਾਬੋ ਜਿੱਤਾਂ ਘਾਟੀਆਂ ਮਜ਼ਾਰਾ ਨਜ਼ਰ ਆਉਂਦੀਆਂ ਉਥੇ ਹੀ ਗੰਜਲ। ਜਨਾਬ ਜਾਬਿਰ ਕੋ ਨੌਕਰ ਹੱਥ ਚ ਨਪੈ ਘਾਟੀਆਂ ਮਜ਼ਾਰਾਂ ਦੇ ਕਰੀਬ ਘਿਨ ਆਇਆ, ਬਾਦਸ਼ਾਹ ਹੁਸੈਨ ਦੀ ਸਿਰਾਂਡੀ ਵਾਲੇ ਪਾਸੇ ਗੰਜੋ ਸ਼ਦਾ ਦੇ ਸੱਜੇ ਪਾਸੇ ਸੱਤ ਕਦਮਾਂ ਤੇ ਆ ਕੇ ਖੜਾ ਕੀਤਾ। ਜਨਾਬ ਜਾਬਿਰ ਸੋਟੀਆਂ ਸੱਟ ਕੱਤੀਆਂ ਨੇ, ਇੰਜ ਡੁੰਮਿਆ ਸਰ ਤੇ ਰੱਖੇ ਤੇ ਰੋ ਰੋ ਕੇ ਆਦਾ ਖੜਾ ਆਇਆ, ਪਰ ਚਾਵੜਾ ਲੱਭਦਾ ਨਾ ਹੈ। ਤੁਸਾਂ ਮੇਰੇ ਤੇ ਸਵਾਲ ਕਰੋ ਇਹ ਗੱਲ ਕੀਤੀ ਕਿਉਂ ਇਸ। ਜਨਾਬ ਜਾਬਿਰ ਦੀ ਆਮਦ ਤੋਂ ਪਹਿਲੇ ਕਹਿਣ ਨੂੰ ਪਤਾ ਕੋਈ ਨਹੀਂ ਜੋ ਬਾਦਸ਼ਾਹ ਹੁਸੈਨ ਦੀ ਮਜ਼ਾਰ ਕਿੱਥੇ। ਮੈਂ ਸਬੂਤ ਦੇਵਾਂ, ਜਿਵੇਂ ਕਾਫੀ ਅਰਸਾ ਲਈ ਅਲੈਹਿ ਸਲਾਮ ਦੀ ਮਜ਼ਾਰ ਰਾਤ ਰਹੀ, ਜਿਵੇਂ ਬੀਬੀ ਪਾਕ ਦੀ ਮਜ਼ਾਰ ਹੁਣ ਦੀ ਰਾਤ ਹੈ, ਕਹਿ ਕੋਈ ਇਲਮ ਨਹੀਂ ਜੋ ਰਸੂਲ ਦੀ ਧੀ ਦੀ ਕਬਰ ਕਿੱਥੇ। ਇੱਕ ਸਹਿਲ ਆਇਆ ਜਿਵੇਂ ਇਮਾਮ ਦੀ ਖਿਦਮਤ ਅਰਜ਼ ਕੀਤੀ, ਬਾਦਸ਼ਾਹ ਤੁਹਾਡੀ ਜਿੱਦ ਹੈ ਮਜ਼ਲੂਮਾਂ ਦੀ ਕਬਰ ਮਦੀਨੇ ਕਿਹੜੀ ਜਾਤ। ਛਿਵੇਂ ਦੀ ਦਾੜੀ ਪੁੱਛ ਗਈ, ਫਰਮਾਇਆ ਦੇ ਮੂਮਿਨ ਆ ਸਵਾਲ ਲੋਖਾ ਕੀਤਾ ਹੀ, ਅੱਲਾ ਦੇ ਰਾਜ਼ਾਂ ਚੋਂ ਇੱਕ ਰਾਜ਼ ਏ ਜਦ ਦੱਸਣ ਦਾ ਹੁਕਮ ਨਹੀਂ। ਸਹਿਲ ਗੁਜ਼ਾਰਿਸ਼ ਕਰਦਾ ਹੈ ਮਾਲਿਕ ਕੇ ਰਾਜ਼ ਕਦਾਂ ਖੁੱਲਤੀ, ਛਿਵਾਂ ਇਮਾਮ ਦਾ ਜਦਾਂ ਬਾਹਰ ਆਵਾਜ਼ ਸੀ, ਕਾਬੇ ਚ ਨਬੀਆਂ ਕੋ ਨਮਾਜ਼ ਪੜ੍ਹਾ ਕੇ ਦਾਦੇ ਹੁਸੈਨ ਵਾਲੇ ਜ਼ਖਮੀ ਜ਼ੁਲ ਜਨਾਬ ਤੇ ਸਵਾਰ ਹੋ ਕੇ ਦਾਦੇ ਅਲੀ ਅਲੀ ਜ਼ੁਲਫਕਾਰ ਹਮੈਲ ਕਰਕੇ ਬਾਰਵਾ ਸੀ ਮਦੀਨੇ, ਜਿੱਥਾ ਨਾ ਸਾਡੀ ਦਾਦੀ ਮਜ਼ਲੂਮਾਂ ਦੀ ਕਬਰ ਪਵਾ ਦੀ ਜ਼ੀਨ ਛੜੇ ਸੀ, ਮਜ਼ਾਰ ਤੇ ਆ ਕੇ ਛੜ ਪੋ ਸੀ, ਕਬਰ ਤੇ ਟੱਕਰ ਮਾਰ ਕੇ ਅਕਸੀ ਦਾਦੀ ਬਹਿਰਾ, ਦੁੱਖ ਮੁੱਕ ਗਏ ਨਹੀਂ ਦਸਤ ਕੋ ਕਹਿ ਗਏ ਲੁੱਟ। ਵਾਹ 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 ਵਾਹ, ਮੈਂ ਗੁਜ਼ਾਰਿਸ਼ ਕੀਤੀ ਹੈ ਜਨਾਬ ਜਾਬਿਰ ਦੁਮਿਆ ਸਰਤ ਰੱਖਿਨ ਤੇ ਰੋ ਰੋ ਕਿਆ ਦਾ ਖੜਾਇਆ, ਪਰ ਚਾਵੇਂ ਨਾਲ ਲੱਭਦਾ ਨਾ ਹੈ, ਜਿੱਤ ਖੜਾ ਹੀ ਨਹੀਂ। ਤੂੰ ਸੱਤ ਕਦਮਾਂ ਤੋਂ ਆਵਾਜ਼ ਆਇਆ, ਨਾ ਨਾ ਨੇੜੇ ਆਇਆ ਖੜਾ ਜੇ ਰਦੀਨ ਦਾ ਅਕਬਰ ਕੋਠਾ ਨੇ, ਮੈਂ ਕੁਫਰ ਚਾਇਆ ਕਹਿ ਨਹੀਂ ਹੋਇਆ, ਮੈਂ ਕੁਫਰ ਚਾਇਆ। ਤੁਸਾਂ 1500 ਸਾਲ ਦੇ ਬਾਅਦ ਮੈਂ ਗੁਨਾਹਗਾਰ ਦੀ ਜ਼ਬਾਨੀ ਸੁਣ ਕੇ ਰੋ ਪਏ, ਤੇ ਜਦੋਂ ਬਾਦਸ਼ਾਹ ਹੁਸੈਨ ਖੁਦ ਆਖਿਓ ਰਿਹਾ ਮੈਨੂੰ ਪਰਚਾਓ, ਕਿਤਨਾ ਰੋਣਾ ਹੋਸੀ। ਇਵੇਂ ਆਏ ਜਿਵੇਂ ਡਿੱਗ ਦੇ ਪਾਸੇ ਪਾਣੀ ਆਉਂਦਾ, ਹੁਸੈਨ ਦੀ ਕਬਰ ਤੇ ਟੱਕਰ ਮਾਰ ਕੇ ਆਉਂਦਾ, ਸਾਚੇ ਜਾਣ ਅਕਬਰ ਲੱਠਾ ਹੈ ਤੁਰ ਨਾ ਵੇ ਸਕਦਾ। ਮੈਂ ਸੁਣਾ ਤੂੰ ਪਾਣੀ ਮੰਗਦਾ ਰਿਹਾ ਲੋਕਾਂ ਤੀਰ ਮਾਰੇ, ਬਤੂਲ ਦੇ ਪੁੱਤਰ ਦੀ ਮਜ਼ਾਰ ਹਲ ਗਈ ਹੈ। ਫਰਮਾਂਦੇ ਨਾਨਾ ਤੇ ਥੋੜਾ ਸੋਹਣਾ ਲੋਕਾਂ ਸੁਣਮ ਇੱਥੋਂ ਹੀ ਲਿਆ ਰੱਖੀ ਤੇ, ਹੁਸੈਨ ਦੀ ਮਜ਼ਾਰ ਤੇ ਟੱਕਰ ਮਾਰ ਕੇ ਰੋਨਾ, ਬਤੂਲ ਦਾ ਪੁੱਤਰ ਮੇਰਾ ਛਿਕੜੀ ਸਲਾਮ। 17ਵੇਂ ਕਦਮ ਤੇ ਉਸੀ ਅਬਾਸ ਦੀ ਆਵਾਜ਼ ਆਈ, ਨਾਨਾ ਨਾਰਾਜ਼ ਹੈ ਜਾਂ ਤੱਕ ਨਹੀਂ ਵੀ ਪਈ। ਜਨਾਬ ਜਾਬਿਰ ਆਦਨ ਗਾਜ਼ੀ ਆਂਦਾ ਤੇਰੇ ਫੀਆਂ, ਲੇਕਿਨ ਹਾਂ ਨਾਰਾਜ਼। ਗਾਜ਼ੀ ਆਦਨ ਨਾਰਾਜ਼ਗੀ ਦੀ ਵਜ੍ਹਾ ਦੱਸ ਸਕਦਾ ਤੇ ਅਬਾਸ, ਵਜ੍ਹਾ ਹੀ ਤੂੰ ਪੁੱਛਦਾ ਹੈ, ਮੈਂ ਸੋਹਣਾ ਤੂੰ ਡੇਦਾਰ ਹੈ ਜ਼ੇ ਵਾਲੀ ਥੂ ਬਾਤ। ਵਾਹ 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 ਵਾਹ, ਸਰਕਾਰ ਵਫਾ ਦੀ ਮਜ਼ਾਰ ਤੇ ਆ ਟੱਕਰ ਮਾਰ ਕਰੋਨਾ, ਅਲਮਾਲਾ ਮੇਰਾ ਛੇਕੜੀ ਸਲਾਮ। ਅਬਾਸ ਦੀ ਆਵਾਜ਼ ਤੈ ਕਿਤੇ ਨਹੀਂ ਵਜਣਾ, ਤੈ ਮੇਰੀ ਇੱਕ ਡਿਊਟੀ ਕਰਨੀ ਹੈ। ਜਨਾਬ ਜਾਬਿਰ ਆਦਨ ਬੀਬੀ ਦੀ ਕੈਦ ਤੋਂ ਬਾਅਦ ਹੁਣ ਡਿਊਟੀ ਰਹਿ ਕਿਹੜੀ ਗਈ? ਅਬਾਸ ਆਦਨ ਡਿਊਟੀ ਬਹੁ ਵੱਡੀ ਹੈ, ਤੇਰੇ ਬਗੈਰ ਕਰ ਕੋਈ ਨਹੀਂ ਸਕਦਾ। ਉਹ ਸਾਹਮਣੇ ਦੇਖਦੇ ਰਹਿ ਖਾਕ ਸ਼ਿਫਾ ਚ ਲੋਕ ਗੁਜ਼ਰਦਨ ਸਵਾਰੀਆਂ ਤੇ ਗੁਜ਼ਰਗਾਹ ਸਮਝ ਕੇ ਬੇਅਦ ਵੀ ਹੁੰਦੀ ਹੈ, ਮੈਂ ਕਬਰ ਚ ਵੀ ਆਰਾਮ ਹੁੰਦਾ। ਡਿਊਟੀ ਆ ਕਰੋ ਸਾਹਮਣੇ ਚੁਰਸਤੇ ਤੇ ਵੱਲ ਖੜ, ਕੋਈ ਰਾਗੀਰ ਆਉਂਦਾ ਪਿਓ ਵੇ ਤਾਂ ਸਭ ਤੋਂ ਪਹਿਲੇ ਸਲਾਮ, ਸਲਾਮ ਤੋਂ ਬਾਅਦ ਤਾਰਫ, ਅਗਰ ਮੁਸਾਫਿਰ ਹੋਵੇ ਤਾਂ ਵੱਲਾ ਮਾਰੇ, ਅਗਰ ਜ਼ਵਾਰ ਹੋਵੇ ਤਾਂ ਪੈਦਲ ਆਵੇ, ਜਿਹਦੀ ਕਬਰ ਤੋਂ ਵਜਣਾ ਚਾਹਵੇ ਤਾਂ ਨਾਲ ਗਿਣਵੇ, ਮਾਤਮ ਕਰਨਾ ਚਾਹਵੇ ਤਾਂ ਨਾਲ ਕਰਾਵੇ, ਸਾਡੀ ਗੁਰਬਤ ਤੇ ਰੋਵਣਾ ਚਾਹਵੇ ਤਾਂ ਸਾਡਾ ਜ਼ਾਕਰ ਬਣ ਕੇ ਸਾਡੀ ਦੁੱਖ ਭਰੀ ਕਹਾਣੀ ਸੁਣਾਵੇ, ਅਗਰ ਪਿਆਸੇ ਹੋਵੇ ਤਾਂ ਉਹਨਾਂ ਕੋ ਪਾਣੀ ਪਿਲਾਵੇ,
ਅਲਮਾਲਾ ਤੇ ਹੁਕਮ ਹੈ ਕਹਿੰਦੇ ਵਾਸਤੇ, ਫਰਮਾਇਦੇ ਨੇ ਤਫਰੀਕ ਕੋਈ ਨਹੀਂ, ਸ਼ਹਿਜ਼ਾਦਿਓ ਮੈਨ ਪੈਦਲ, ਸ਼ਹਿਜ਼ਾਦਿਓ ਮੈਨ ਪੈਦਲ, ਤੇ ਹਾਂ ਤਿਆਰ ਕਰੇ ਕਾਫਲਾ ਆਉਣ ਵਾਲੇ ਉਹਨਾਂ ਕੋ ਨਹੀਂ ਰੋਕਣਾ। ਅਲਮਾਲਾ ਤੇ ਉਸ ਕਾਫਲੇ ਦੀਆਂ ਨਿਸ਼ਾਨੀਆਂ ਗਾਜ਼ੀਆਂ ਦਾ ਇੱਥੋਂ ਤੋਂ ਬਿਤਾਲੀ ਲੈ ਕੇ ਤੁਰੀ ਆਈ। ਵਾਹ ਵਾਹ, ਤੇਰੀ ਮਰਜ਼ੀ, ਤੂੰ ਜਿਵੇਂ ਸੁਣ, ਮੈਂ ਤਾਂ ਪੜ੍ਹਨਾ ਜਾਣਦਾ। 5 ਸਾਲ ਦਾ ਕੜੀਆਲ ਸਜਾਦੋ ਸੀ, ਨਾਲ 5 ਸਾਲ ਦੇ ਮੁਹੰਮਦ ਬਾਕਰ ਹੁਸੈਨ, ਬਾਕੀ ਕਾਫੀ ਯਤੀਮ ਹੁਸੈਨ ਵਾਲੀ ਬੀਬੀ ਦਾ ਕਾਫਰ ਹੈ। ਉਹਨਾਂ ਦੀ ਮਰਜ਼ੀ, ਉੱਠ ਬਹਾਵੇਂ ਨਾ ਬਲਾਵੇਂ, ਸਾਡੀ ਕਬਰ ਤੇ ਆ ਬਲਾਵੇਂ, ਤੇ ਕੋਈ ਗੱਲ ਨਹੀਂ। ਜਿਹੜੇ ਮਜ਼ਮੂਨ ਦਾ ਰਬਤ ਸਮਝ ਸ਼ਾਰਕ ਨਾਲ ਇਹ ਗੱਲ ਆਈ, 19 ਸਫ਼ਰ ਪਏ ਹਿਜਰੀ ਢੱਲੀ ਹੋਈ ਦੀ ਗਿਰ, ਸ਼ਰਈ ਹੁਕਮ ਮਿਲ ਗਏ। ਅੱਗੋਂ 20 ਸਫ਼ਰ ਦੀ ਰਾਤ, 20 ਦਿਨ ਚੜ੍ਹਾ, ਜ਼ੋਰ ਪੜੀ ਗਈ। ਅਸਰ ਤੇ ਜ਼ੋਰ ਦੇ ਦਰਮਿਆਨ ਨੇ ਟਾਈਮ ਜਨਾਬ ਜਾਬਰ ਡਿਠਾ ਹੈ ਖਿਲਾਫ ਤਵੱਕੋ ਤਰਾਹੇ ਮਾਮਲ ਬਸ਼ੀਰ ਮਹਾਰੀ ਨਾਲ ਰੱਤ ਰੋਦੇ ਅਲੀ ਜ਼ੈਨੁਲ ਆਬਦੀਨ। ਜਨਾਬ ਜਾਬਰ ਆਪਣੀ ਜਾ ਛੋੜੀ ਅੱਗੋਂ ਵਾਲਾ, ਸਭ ਤੋਂ ਪਹਿਲੇ ਸਲਾਮ ਵਾਲਾ ਯਸ ਜਨਾਬ ਬਸ਼ੀਰ ਦੇ ਬੋਲਣ ਤੋਂ ਪਹਿਲੇ ਅਲੀ ਜ਼ੈਨੁਲ ਆਬਦੀਨ ਦੀ ਰੱਤ ਵੱਧ ਗਈ ਹੈ। ਸਰ ਜਾ ਕੇ ਆਦਾ ਨਾ ਨਾ ਸਾਡਾ ਵੀ ਸਲਾਮ ਹੋਵੇ। ਜਨਾਬ ਜਾਬਰ ਇੱਕ ਅੱਧ ਇੱਥਾਂ ਰੱਖਾ, ਜਿਹੜੇ ਬਜ਼ੁਰਗ ਹੁੰਦੇ ਜਿਨ੍ਹਾਂ ਦੀ ਬਿਨਾਈ ਕਮਜ਼ੋਰ ਹੁੰਦੀ ਹੈ, ਤੇ ਜਿਵੇਂ ਵੇਦੇ ਬੜੀ ਤਵੱਜੋ ਨਾਲ ਅਲੀ ਜ਼ੈਨੁਲ ਆਬਦੀਨ ਦਾ ਚਿਹਰਾ ਡਿੱਠਾ ਸੀ। ਵਾਦਾ ਦਾ ਮੁਸਾਫਿਰ ਰਾਗੀਰ ਪਰਦੇਸੀ, ਤੇਰੀ ਮੇਰੀ ਉਮਰ ਤਕਰੀਬਨ ਬਰਾਬਰ ਹੈ, ਤੇ ਮੈਂ ਗੁਨਾਹ ਨਾ ਕਿਉਂ ਸਦਾ ਹੈ। ਫਿਰ ਮੈਂ ਤੈਨੂੰ ਉਮਰ ਬਰਾਬਰ ਹੋਣੀ ਰਾਂਦੀ ਹੈ, ਰਿਸ਼ਤੇ ਤਬਰੀ ਨਹੀਂ ਹੁੰਦੇ ਲੱਗਦਾ ਜੋ ਨਾ। ਵਾਹ ਵਾਹ ਵਾਹ, ਬਿਸਮਿਲ੍ਲਾ ਹੋ ਭਾਈ। ਅਗਰ ਮੁਸਾਫਿਰ ਹੋ ਤਵੱਲਾ ਮਾਰੋ, ਅਗਰ ਜ਼ਵਾਰ ਹੋ ਤਾਂ ਪੈਦਲ ਆਓ, ਜਿਹਦੀ ਕਬਰ ਤੋਂ ਵੰਜਣਾ ਚਾਹੁੰਦੇ ਹੋ ਮੈਂ ਤਾਂ ਕੁਨਾਲ ਗਿਣਵੇ ਨਾ, ਅਗਰ ਮਾਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਕਰੇ ਨਾ, ਅਗਰ ਇਹਨਾਂ ਦੀ ਦੁੱਖ ਭਰੀ ਕਹਾਣੀ ਤੇ ਰੋਣਾ ਚਾਹੁੰਦੇ ਹੋ ਸਾਹਮਣੇ ਬਹੁ ਮਹੀਨਾ ਦਾ ਜ਼ਾਕਰ ਬਣ ਕੇ ਇਹਨਾਂ ਦੀ ਦੁੱਖ ਭਰੀ ਕਹਾਣੀ ਸੁਣੇ ਨਾ, ਅਗਰ ਤੁਸੀਂ ਪਿਆਸੇ ਹੋ ਤਾਂ ਕੋਈ ਪਾਣੀ ਪੀ ਲੈ ਨਾ, ਹੋਵੇ ਮੋਮਿਨ ਬੜਾ ਅਲੀ ਦੀ ਰੀਹ ਦੀ ਗੁਰਬਤ ਤੇ ਰੋਵੇ ਨਹੀਂ, ਜਿਵੇਂ ਜਨਾਬੇ ਜਾਬਰ ਆਖਿਆ ਅਗਰ ਤੁਸਾਂ ਪਿਆਸੇ ਹੋ ਤਾਂ ਕੋ ਪਾਣੀ ਪੀ ਲੈਣਾ, ਜਨਾਬੇ ਸਜਾ ਦੀ ਰੱਦ ਵੱਧ ਗਈ ਹੈ, ਸਰ ਜਾ ਕੇ ਆਦਾ ਨਾ ਨਾ ਇਸ ਨਗਰੀ ਦੇ ਰਿਵਾਜ ਤਬਦੀਲ ਹੋ ਗਏ। ਜਾਬਰ ਆਦਾ ਕਿਹੜੇ ਰਿਵਾਜ ਦਾ ਸਾਲ ਹੋਇਆ, ਮੈਂ ਇੱਥੋਂ ਗੁਜ਼ਰਾ ਇੱਥਾਂ ਤਾਂ ਲੋਕ ਤਰ੍ਹਾਂ ਤਰ੍ਹਾਂ ਦੀ ਪਾਣੀ ਨਹੀਂ ਦੇ। ਵਾਹ ਵਾਹ, ਫਰਮਾਇਦੇ ਰਿਵਾਜ ਸਾਰੇ ਤਬਦੀਲ ਹੋ ਗਏ, ਨਾਨਾ ਪੈਦਲ ਟੁਰਨ ਦਾ ਹੁਕਮ ਤੇਰਾ ਹੈ। ਜਨਾਬੇ ਜਾਬਰ ਆਦਾ ਨਗਰੀ ਦੇ ਮਾਲਕਾਂ ਦਾ ਸ਼ਹਿਨ ਸ਼ਾਹਾਂ ਦਾ ਹੈ, ਆਦਾ ਨਾ ਚਾਹਦਾ ਲੱਖ ਦਫ਼ਾ ਨਾ ਚਾਵਾਂ ਮੈਂ ਡਹਾਂ ਠਰੇ। ਬਾਦਸ਼ਾਹ ਹੁਸੈਨ ਇਬਨੇ ਅਲੀ, ਨਾਨੇ ਬਾਦਸ਼ਾਹ ਹੁਸੈਨ ਦਾ ਹੁਕਮ ਹੈ। ਫਰਮਾਇਦੇ ਨਹੀਂ ਉਹ ਤਾਂ ਬੜਾ ਸਾਬਰ ਹੈ, ਤੇ ਕਹੇ ਕੋ ਕੁਝ ਨਹੀਂ ਆਦਾ। ਫਰਮਾਇਦੇ ਸੱਚ ਪਿਆਦਾ ਅਗਰ ਕਹੇ ਕੋ ਕੁਝ ਆਖਿਆ ਤਾਂ ਇਹ ਬਾਜ਼ਾਰ ਚ ਰੁਲਿਆ। ਇਹ ਗੱਲ ਕਰਦਾ ਆਪਣੇ ਪਿਆਰੇ ਭਾਈ ਸਾਜਦ ਇਕਰਾਮ ਭਾਈ, ਉਹਨ ਕੋਲੋਂ ਦੁਆ ਲੈਣ, ਤੁਹਾਡੇ ਕੋਲ ਦੁਆ ਲੈਣ। ਜਨਾਬ ਜਾਬਿਰ ਖੜੇ ਨੇ ਬੈਨੁਲ ਹਰਮੈਨ, ਜਿਨ੍ਹਾਂ ਨੂੰ ਬੈਨੁਲ ਹਰਮੈਨ ਦੀ ਸਮਝ ਨਾ ਆਈ ਹੋਵੇ, ਦੋਵਾਂ ਬਾਦਸ਼ਾਹਾਂ ਦੀ ਯਾਦੀ ਵਿੱਚ ਮਦਾਰ ਸੱਟਰ, ਜਿਹੜੇ ਕਰਬਲਾ ਦੇ ਜ਼ਵਾਰ ਬੈਠੇ ਹੋ ਮੇਰੀ ਗੱਲ ਦੀ ਤਾਈਦ ਕਰੋ, ਇੱਕ ਬਾਦਸ਼ਾਹ ਦੀ ਮਜ਼ਾਰ ਇੱਥੇ, ਇੱਕ ਦੀ ਇੱਥੇ ਵਿੱਚ 4-5 ਏਕੜ ਦਾ ਫਾਸਲਾ, ਇਮਾਮ ਹੁਸੈਨ ਤੇ ਗਾਜ਼ੀ ਅਬਾਸ ਦੀ ਮਜ਼ਾਰ। ਯਾਦ ਹੀ ਮੇਰੀ ਕਮਰ ਦਾ ਜ਼ੋਰ ਹੈ, ਯਾਦ ਹੀ ਮੈਂ ਤੇਰਾ ਨੌਕਰ ਹਾਂ, ਪੇਰਾਂ ਦੇ ਪਾਸੋਂ ਸੰਭਾਲਿਆ, ਹਰ ਕਹਿ ਕੋ ਪਤਾ ਲੱਗ ਵੰਡਿਆ, ਇਹ ਸਰਦਾਰ ਹੈ ਤੇ ਇਹ ਜਰਨੈਲ ਹੈ। ਇਹ 4-5 ਏਕੜ ਦਾ ਫਾਸਲਾ ਕਿਉਂ ਹੈ ਇਮਾਮ ਹੁਸੈਨ ਤੇ ਗਾਜ਼ੀ ਅਬਾਸ ਦੀ ਮਜ਼ਾਰ ਚ? ਤੁਸੀਂ ਸਰ ਚਾਹੋ ਤੇ ਮੈਂ ਦੱਸਣਾ ਚਾਹਨਾ, ਹੁਸੈਨ ਦਾ ਜ਼ਾਕਿਰਾ ਜੋੜੀ ਚਾਹ ਕੇ ਦੁਆ ਪੇ ਮੰਗਦਾ, ਸ਼ਾਲਾ ਕਾਇ ਭੇਣ ਦੇ ਮਾਣ ਨਾ ਮੁੱਕੇ, ਭੇਣ ਸੁਣੀ ਦੀ ਹੋਵੇ, ਸ਼ੀਆ ਦੀ ਹੋਵੇ, ਅਮੀਰ ਦੀ ਹੋਵੇ, ਗਰੀਬ ਦੀ ਹੋਵੇ, ਹਰ ਭੇਣ ਦੀਆਂ ਜ਼ਿੰਦਗੀ ਚ ਤਰਾਇ ਅਸਰਤਾ। ਭੇਣ ਦੀ ਪਹਿਲੀ ਅਸਰਤ ਪੇਕੀ ਈਦ, ਕਰੋੜਾਂ ਪੱਤੀ ਭੇਣ ਹੋਵੇ, ਬਿਰਾ ਮਜ਼ਦੂਰ ਹੋਵੇ, ਸਾਰਾ ਸਾਲ ਉਹ ਭੇਣ ਬਿਰਾ ਦੀ ਮਦਦ ਕਰਦੀ ਹੋਵੇ, ਜਦਾਂ ਈਦ ਰੱਖਦੀ ਜੋ ਸੀ ਕਰੋੜਾਂ ਪੱਤੀ ਭੇਣ ਪੇਕੇ ਬੂਹੇ ਦੇ ਵੇਖੀ ਰਹੇ, ਭੇਣ ਦੀ ਉਹਦੀ ਅਸਰਤ ਪੇਕਾ ਕਫਨ, ਪੁੱਤਰ ਜਰਨੈਲ ਕਰਨੈਲ ਹੋਵੇ, ਮੌਤ ਆਵਾਂਜੇ ਸਦੇ ਸੀ ਹੱਥ ਚੁੰਮ ਸੀ, ਅਕਸੀ ਅੱਲਾ ਤੁਹਾਨੂੰ ਇਸ ਤੋਂ ਜ਼ਿਆਦਾ ਵਕਤ ਲਾਵੇ, ਤੁਸਾਂ ਜਰਨੈਲ ਕਰਨੈਲ ਹੋ ਮੇਰੇ ਭਰਾ ਗਰੀਬ ਹੈ, ਜਿਹਨੇ ਮਹਿਲਾ ਨੂੰ ਦਮ ਦੇਵਾਂ, ਸਭ ਤੋਂ ਪਹਿਲੇ ਮੇਰੀ ਮੌਤ ਦੀ ਤਲਾਹ ਮੇਰੇ ਪੇਕੇ ਘਰ ਭਜਾਏ, ਮੇਰੇ ਗਰੀਬ ਫਿਰ ਆ ਕਫਨ ਲਾਇਆ, ਮੈਨੂੰ ਪੈਸੇ ਦਾ ਮਾਣ ਨਾ ਕਰਾਏ, ਮੈਂ ਕੋਈ ਕਫਨ ਪੇਕਾ ਦਿਵਾਏ। ਭੈਣ ਦੀ ਤੀਸਰੀ ਅਸਰਤ ਪੇਕੇ ਕਬਰਿਸਤਾਨ ਚ ਕਬਾਰ, ਇਹਨਾਂ ਗੁਰਾਂ ਤੇ ਸਰਤ ਰੱਖ ਕੇ ਅਲੀ ਦੀਆਂ ਧੀਆਂ ਦੀ ਗੁਰਬਤ
آئین آئی بابا کس گیا کفن دی واری آئی پینجے مک گئے ممبر دی عظمت دی کے سمے بھراوا دی جا خالی اس واسطے رکھیے ساڈی بھیڑ ورسی شام وچ تھاکے مت ساڈے درمیان سمجھی ہوے میں درانا غیرت مند پیو دی غیرت مند دھی آئی سجا تو سائن دی قبر تے رکھ گیا دی نا سمجھی شام وال ویسا غریب آندا وجہ کے آدی دشمن تے مل کے جو دھی گلی سوار آئی واہ 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 نانے پیدل ٹرن دا حکم تیرا ہے اگر بادشاہ حسین دا نہیں تو وقت کہندا ہے جناب جابر ادے نے دی فوج دا جرن نہ لے اے سکا ویرا صدویں دا انہاں دا نوکر ہے نا اسی سکی عباس ابن علی رومن علی آزاد آرو پھر جتنی گل ہوئی علی دی تھی جناب سجاد دے تھرو کی جناب جابر نال جنے جناب جابر آکھیا سکی عباس ابن علی اس نے علی دی بھی جناب جابر نال ڈائریکٹ بولیے بیبیاں دی پہلا بندہ ہے جن سال دے بعد عزت نال میرے بھرا دا نا چایا ایک دفعہ نا وت چا یارن دفعہ جناب جابر نا چایا یارن دفعہ بیبی پاک پوچھے دیاں دے پیو بیٹھے ہو تیسرے امام علی سرکار وفا دیاں دو دیاں تشریف فرما کھڑے ہوئے ماں مرے چٹی کھڑی ہیں ماں دا موڈا لا کے دیا نا ماں اے تو سینی ہے یہ تھے ہی دو ترہ وین کران دے اپنے پیارے بھرا مانو ممبر دے ایک سینی ہے صدقے صدقے صدقے
ਤਰਾਏ ਮਾਮਲੇ ਨੂੰ ਬਸ਼ੀਰ ਮਾਰੀਏ ਕਿ ਤੁਰਤ ਵਦਰ ਹੁੰਦਾ ਸਲਾਰੇ ਕਾਫਰ ਮਰਦ ਨਹੀਂ ਇੱਕ ਵੀ ਵੀਏ ਜਿਹੜੀ ਨਾਜੀ ਨਹੀਂ ਆਦੀ ਆਵਾਜ਼ ਤੇ ਨਾ ਅੰਦਰੋਂ ਨਾ ਦਿਖਾ ਦਦਾ ਵਸਤੀਆਂ ਨੀ ਮੜੇ ਘਰ ਦੇ ਦਰ ਦਾ ਦਰਵਾਨਾ ਆਇਓ ਲਈ ਤਾਂ ਬਚਰਾ ਕੈਂਬੂਏ ਤੇ ਫਰ ਦੇ ਦਰ ਅਲਮਾਲੇ ਦੀ ਮਲਾਨ ਹਟ ਗਈ ਕਲ ਮਾਰ ਗਿਆ ਦਾ ਨਾਨਾ ਜੈ ਗੁਰੂ ਗਾਇਆ ਪੁੱਤਰ ਦੀ ਨਗਰੀ ਲਗਵਾਂ ਜੋ ਗੁਆਖ ਆਪਣੀ ਸਵਾਰੀਆਂ ਨਾ ਉੱਠ ਮੰਡੀ ਕਬਰ ਤੇ ਆਵਲਾ ਮੈਂ ਕਬਰ ਚੁਬਾਰਾ ਨਾ ਮਤ ਗੁਆਖ ਰਹੇ ਨਾ ਨਾਲੇ ਉਹਦੇ ਕੋਲ ਇੱਕ ਗੱਲ ਪੁੱਛੋ ਗੁਆਖ ਨੌਕਰ ਪਿਆ ਪੁੱਛਦਾ ਹੀ ਤੇਰਾ ਪੇਕਾ ਨਾਮ ਤਾਂ ਹੋਏ ਨਾ ਵਾਈ ਸਦਕੇ ਤੇ ਮੈਂ ਗੁਰਦਾਸ ਸਾਹਿਬ ਨੇ ਤੇ ਮਾਵੇ ਕਿਆ ਸਾਵਰਾ ਦੀ ਜਾਗੀਰ ਚੋਟੀ ਉਮਰ ਮਲ ਸਾਹਿਬ ਸੋਏ ਰੋ ਪਏ ਜਰਾ ਬੇਜਾ ਮਰਦ ਆਖਣ ਤੇ ਲਾਏ ਬਈ ਸਿਰਫ ਲੱਠੀ ਨਹੀਂ ਲਾਏ ਕਿ ਦੁਰ ਬਈ ਹਰੀਬਾਂ ਦਾ ਠਾਕ ਬਈ ਬੀਬੀਆਂ ਦੀ ਛਤਰੀ ਨਾ ਦੱਸਾ ਪਹਿਲੇ ਕਹਿ ਨੂੰ ਮਿਲਾ ਮਾਤਾ ਹੁਸੈਨ ਦੋਨਾ ਦੇ ਗਾਦੀ ਅੱਖ ਬੇਗਾਨੀ ਮਾਂ ਦਾ ਸਮਰੀ ਵਧੀ ਆਵਾਜ਼ ਦੀ ਮਲਾਰ ਹਾਲ ਗਈ ਇੱਕ ਵਾਰੀ ਜੁਵੈਲ ਆਇਆ ਕੇ ਅੱਖੀ ਮਾਤੇ ਨਾ ਫਿਲਾ ਬੀਬੀਆਂ ਤੂੰ ਪਲ ਅਰੀ ਜਮਲਾ ਬੰਦੀਰ ਚਾਚੇ ਦੀ ਕਮਰ ਤੇ ਆਏ ਗਾਉਂਦੀਆਂ ਦਾ ਮੈਂ ਤੂੰ ਸ਼ਾਮ ਦਾ ਹਾਲ ਆਂਦਾ ਕੇ ਦਸਾਵਾ ਕਰ ਪਲ ਪੂਰੀ ਗੁਣ ਕੇ مالک آپ کی عبادت اپنی پاک بارگاہ میں منظور ہو مقبول فرمائے سوائے ہمیں حسین کوئی غم نہ ہو تھوڑا سا آگے نیاز مولا تاکہ ابھی صبح صبح ہی مومنین گیٹ میں کھڑے ہو گئے ہیں تھوڑا سا آگے آ جائیں کم از کم دس فٹ آگے آ جائیں مہربانی کریں کیونکہ صبح صبح ہی بندے وہ گیٹ میں کھڑے ہو گئے ہیں ادھر بھی دائیں بائیں بھی ممبر کے دائیں بائیں آ جائیں کافی گنجائش ہے مولا آپ کی اور تھوڑا سا آگے نیاز مولا تھوڑا سا آگے آ جائیں تعاون کریں عزاداری میں صف عزا میں اس کا اجر اس کا صلہ مخدوم ہے کونین آپ کو